ਪਰਿਕਪਾ ਇਤਿਹਾਸ ਦੀ ਉਦਾਹਰਣਾਂ ਪਰਮਾਨ ਲੈ ਕੇ ਸਮਾਪਤੀ ਕਰ ਦਿੰਦੇ। ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਵਜ਼ੀਰ ਖਾਂ ਲਾਹੌਰ ਵਿੱਚ ਰਹਿੰਦਾ, ਚੰਦੂ ਵੀ ਲਾਹੌਰ ਵਿੱਚ ਹੀ ਹੈ। ਹੁਣ ਲਾਹੌਰ ਮਾੜਾ ਕਿ ਚੰਦੂ ਮਾੜਾ? ਵਜ਼ੀਰ ਖਾਂ ਸ਼ਰਧਾਲੂ ਹੈ, ਭਾਵੇਂ ਮੁਸਲਮਾਨ ਵਜ਼ੀਰ, ਤੇ ਚੰਦੂ ਭਾਵੇਂ ਹਿੰਦੂ ਹੈ, ਗੁਰੂ ਘਰ ਦਾ ਕੱਟੜ ਦੁਸ਼ਮਣ ਹੈ। ਰਹਿੰਦੇ ਦੋਵੇਂ ਲਾਹੌਰ ਵਿੱਚ ਨੇ। ਸਾਡਾ ਕੰਮ ਹੈ, ਇੱਕ ਬੰਦਾ ਮਾੜਾ ਦੇਖਿਆ ਸਾਰਾ ਪਿੰਡ ਥੋੜਾ ਮਾੜਾ ਹੋ ਗਿਆ, ਉਹ ਬੰਦਾ ਮਾੜਾ ਹੋ ਸਕਦਾ? ਕੋਈ ਪਰਿਵਾਰ ਥੋੜਾ ਮਾੜਾ ਹੋ ਸਕਦਾ? ਜਿਹੜਾ ਮਾੜਾ ਕੰਮ ਕਰਦਾ ਉਹਨੂੰ ਮਾੜਾ ਕਹਿਣਾ ਚਾਹੀਦਾ? ਆਪਾਂ ਤਾਂ ਫਿਰ ਸੁਹਾਗਾ ਜੋੜ ਲੈਂਦੇ ਨਾ, ਪਰ ਫਿਰ ਸਰ ਨਹੀਂ ਜੀ, ਸਾਰਾ ਇਵੇਂ ਸਾਰੇ ਨਹੀਂ ਹੋ ਸਕਦੇ। ਇਸ ਤਰ੍ਹਾਂ ਕਦੇ ਵੀ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਕੋਈ ਵੀ ਗੱਲ। ਜਿਹੜਾ ਮਾੜਾ ਉਹਨੂੰ ਮਾੜਾ ਕਹਿਣਾ ਚਾਹੀਦਾ। ਲਾਹੌਰ ਵਿੱਚ ਵਜ਼ੀਰ ਖਾਂ ਨੂੰ ਜਲੋਧਰ ਦਾ ਰੋਗ ਹੋਇਆ, ਉਹਦੇ ਪੇਟ ਚ ਪਾਣੀ ਭਰਿਆ ਹੋਇਆ। ਹੁਣ ਬਾਦਸ਼ਾਹ ਦਾ ਵਜ਼ੀਰ ਸੀ ਚੱਕਰਵਰਤੀ ਜਹਾਂਗੀਰ ਦਾ, ਕੋਈ ਇਲਾਜ ਦਾ ਤਾਂ ਘਾਟਾ ਰਿਹਾ ਹੀ ਨਹੀਂ ਹੋਣਾ। ਜਦੋਂ ਲਾ ਇਲਾਜ ਹੋ ਗਈ ਬਿਮਾਰੀ, ਹੁਣ ਘਰੇ ਪਿਆ, ਪੇਟ ਚ ਜਲਨ ਹੁੰਦੀ ਹੈ, ਪਾਣੀ ਭਰਿਆ ਹੋਇਆ, ਮੱਛੀ ਵਾਂਗ ਤੜਫਦਾ ਰਹਿੰਦਾ। ਇੱਕ ਦਿਨ ਭਾਈ ਭਾਗੂ, ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ, ਇਹ ਹੋਰ ਵੀ ਬਾਣੀ ਬਹੁਤ ਪੜਦਾ ਸੀ, ਪਰ ਇਹਨੂੰ ਸੁਖਮਨੀ ਸਾਹਿਬ ਦਾ ਪਾਠ ਕੰਠ ਸੀ। ਉਦੋਂ ਕੰਠ ਸੀ ਪੰਜਵੇਂ ਪਾਤਸ਼ਾਹ ਮਹਾਰਾਜ ਵੇਲੇ। ਆਪਾਂ ਨੂੰ ਹੁਣ ਵੀ ਵਿਦਿਆ ਦਾ ਜਮਾਨਾ ਆ ਗਿਆ ਜੀ, ਬੜਾ ਜੀ ਜਪਜੀ ਸਾਹਿਬ ਦਾ ਪਾਠ ਥੋੜਿਆਂ ਨੂੰ ਕੰਠ ਆਉਣਾ। ਕਿਹੜੀ ਵਿਦਿਆ ਪੜ੍ਹੀ ਆਪਾਂ? ਉਦੋਂ ਸੁਖਮਨੀ ਸਾਹਿਬ ਦਾ ਪਾਠ ਕੰਠ ਸੀ ਭਾਈ ਭਾਗੂ ਨੂੰ, ਤੇ ਕੰਮ ਕਾਰ ਕਰਨ ਜਾ ਰਿਹਾ, ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾ ਰਿਹਾ। ਰਸਤੇ ਵੱਲ ਬੈਠਕ ਦੀ ਤਾਕੀ ਖੁੱਲੀ ਸੀ, ਭਾਈ ਭਾਗੂ ਪਾਠ ਕਰਦਾ ਜਾ ਰਿਹਾ ਸੀ, ਕੰਨ ਚ ਆਵਾਜ਼ ਪਈ ਵਜ਼ੀਰ ਖਾਂ ਦੇ, ਕੰਨਦਾਰ ਹੋ ਕੇ ਹਿਰਦੇ ਚ ਪਹੁੰਚੀ ਬਾਣੀ ਦੀ ਆਵਾਜ਼, ਸ਼ਾਂਤ ਆਈ, ਟਕਾ ਆਇਆ, ਸੁਖ ਆਇਆ। ਵਜ਼ੀਰ ਖਾਂ ਨੇ ਸੋਚਿਆ ਪਤਾ ਨੀ ਮੇਰਾ ਰੋਗ ਹਟਣ ਲੱਗਿਆ ਹੁਣ। ਬਾਣੀ ਦੀ ਤਸੀਰ ਹੈ ਕਿ ਸ਼ਾਂਤ ਦੇਣ ਨੂੰ ਪਵਿੱਤਰਤਾ, ਸ਼ਾਂਤੀ ਜਿੱਥੇ ਤੱਕ ਆਵਾਜ਼ ਜਾਂਦੀ ਹੈ ਇਹਦੀ ਇਹ ਤਸੀਰ ਹੈ। ਜਿਉਂ ਜਿਉਂ ਪਾਠ ਸੁਣਦਾ ਰਿਹਾ, ਦੁੱਖ ਭੁੱਲਿਆ ਰਿਹਾ, ਜਿਉਂ ਜਿਉਂ ਭਾਗੂ ਦੂਰ ਚਲਿਆ ਗਿਆ, ਭਾਈ ਭਾਗੂ ਬਾਣੀ ਦਾ ਆਵਾਜ਼ ਆਉਣ ਤੋਂ ਹਟ ਗਿਆ, ਉਹੀ ਜਲਣ ਫਿਰ ਸ਼ੁਰੂ ਹੋ ਗਈ। ਵਜ਼ੀਰ ਜਹਾਂਗੀਰ ਨੇ, ਵਜ਼ੀਰ ਖਾਂ ਨੇ ਆਪਣਾ ਭੇਜਿਆ, ਅਹਿਲ ਕਰ ਜਾਓ, ਗੁਰਸਿੱਖ ਜਿਹੜਾ ਬਾਣੀ ਪੜ੍ਹਦਾ ਜਾ ਰਿਹਾ ਸੀ ਬੁਲਾ ਕੇ ਲਿਆਓ। ਭਾਈ ਭਾਗੂ, ਜੇ ਤੂੰ ਰੋਜ਼ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿਆਂ ਕਰੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਦਲੋਦਰ ਦਾ ਰੋਗ ਹਟ ਸਕਦਾ। ਅੱਜ ਮੈਂ ਪਹਿਲੇ ਦਿਨ ਬਾਣੀ ਸੁਣੀ ਹੈ, ਮੇਰੇ ਮਨ ਨੂੰ ਸ਼ਾਂਤ ਆਈ, ਟਿਕਾ ਆਈ।
ਗੁਰਮੁਖ ਪਰ ਉਪਕਾਰੀ ਵਿਰਲਾ ਆਇਆ, ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ। ਗੁਰਸਿੱਖ ਤਾਂ ਕਮਰ ਕਸੇ ਕਰੀ ਰੱਖਦੇ ਨੇ ਪਰ ਉਪਕਾਰ ਕਰਨ ਵਾਸਤੇ। ਭਾਈ ਭਾਗੂ ਕਹਿੰਦਾ ਮੈਂ ਤਾਂ ਨਿਤਨੇਮ ਕਰਨਾ ਹੀ ਹੈ, ਜੇ ਤੇਰਾ ਭਲਾ ਹੁੰਦਾ ਤੇ ਤੈਨੂੰ ਸੁਣਾ ਦਿਆ ਕਰਾਂਗਾ ਰੋਜ਼ ਹੀ ਪਾਠ। ਹੁਣ ਰੋਜ਼ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦਾ ਭਾਈ ਭਾਗੂ ਵਜ਼ੀਰ ਖਾਨ, ਐਵੇਂ ਨਹੀਂ ਸੀ ਸ਼ਰਧਾਲੂ ਬਣ ਗਿਆ। ਬਹੁਤ ਸਾਰਾ ਰੋਗ ਚੜਿਆ ਗਿਆ, ਹੁਣ ਤੁਰਨ ਫਿਰਨ ਲੱਗ ਗਿਆ, ਖਾਣ ਪੀਣ ਲੱਗ ਗਿਆ। ਭਾਈ ਭਾਗੂ ਕਹਿੰਦਾ ਵਜ਼ੀਰ ਖਾਂ, ਜੇ ਤੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਚੱਲੇ, ਤੇਰੇ ਜਨਮਾਂ ਜਨਮਾਂ ਦੇ ਰੋਗ ਕੱਟਦੇ ਨੇ। ਹੁਣ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਿਆ, ਪਰ ਕਰਮਾਂ ਵਿੱਚ ਉਹਨੂੰ ਲਟਾਇਆ ਹੋਇਆ, ਸਰੋਵਰ ਦੀ ਸੇਵਾ ਚੱਲ ਰਹੀ ਹੈ। ਭਾਈ ਭਾਗੂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਖਾਂ ਵਜ਼ੀਰ, ਇਹਨੂੰ ਜਲੋਧਰ ਦਾ ਰਹੂਗਾ, ਤੁਹਾਡੀ ਸਰਨ ਚ ਆਇਆ ਮਹਾਰਾਜ, ਕਿਰਪਾ ਕਰੋ। ਬੇਨਤੀ ਕਰ ਰਿਹਾ ਸੀ ਭਾਈ ਭਾਗੂ, ਬਾਬਾ ਬੁੱਢਾ ਸਾਹਿਬ ਮਿੱਟੀ ਦੀ ਟੋਕਰੀ ਸਰੋਵਰ ਚ ਭਰੀ ਆ ਰਹੇ ਸੀ। ਪੰਜਵੇਂ ਪਾਤਸ਼ਾਹ ਮਹਾਰ ਨੇ ਇਸ਼ਾਰਾ ਕੀਤਾ, ਬਾਬਾ ਬੁੱਢਾ ਸਾਹਿਬ ਜੀ ਇਹ ਮਿੱਟੀ ਦੀ ਭਰੀ ਟੋਕਰੀ ਮਾਰੋ ਇਹਦੇ ਪੇਟ ਤੇ। ਬਾਬਾ ਬੁੱਢਾ ਸਾਹਿਬ ਉਹਨੇ ਭਰੀ ਟੋਕਰੀ ਮਿੱਟੀ ਉਹਦੇ ਪੇਟ ਤੇ ਮਾਰੀ, ਪਾਣੀ ਸਾਰਾ ਨਿਕਲ ਗਿਆ, ਕੰਚਨ ਵਰਗੀ ਦੇਹੀ ਹੋ ਗਈ। ਉਹ ਵਜ਼ੀਰ ਅਖੀਰਲੇ ਦਮ ਤੱਕ ਗੁਰੂ ਘਰ ਦਾ ਸ਼ਰਧਾਲੂ ਰਿਹਾ। ਇਹ ਜਿਹੜੀ ਦੁਸ਼ਟ ਚੌਂਕੜੀ ਸੀ ਚੰਦੂ ਮਿਹਰਬਾਨ ਪ੍ਰਿਥੀ ਚੰਦ ਦਾ ਪੁੱਤਰ, ਅਹਿਮਦ ਸਰਹੰਦੀ ਆ ਫਤਿਹਗੜ੍ਹ ਸਾਹਿਬ ਦੇ ਨਾਲ ਜਿਹੜੀ ਜਗ੍ਹਾ ਨਾ, ਇੱਥੋਂ ਦਾ ਜਿਹੜਾ ਮੁੱਖ ਪੁਜਾਰੀ ਸੀ ਇਹ ਕੱਟੜ ਦੁਸ਼ਮਣ ਸੀ ਗੁਰੂ ਘਰ ਦਾ ਸਿੱਖੀ ਦਾ। ਇਹ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਕਹਿੰਦਾ ਰਹਿੰਦਾ ਸੀ ਤੇਰੀਆਂ ਅੱਖਾਂ ਮਿੱਟੀਆਂ, ਉਹ ਮੁਗਲ ਬਾਦਸ਼ਾਹ ਦਾ ਰਾਜ ਹੋਵੇ ਤੇ ਨਗਾਰਾ ਸਿੱਖੀ ਦਾ ਵੱਜਦਾ ਹੋਵੇ ਚਾਰੇ ਕੁੰਟਾਂ ਚ, ਖਿਆਲ ਕਰ ਤੇਰਾ ਤਖਤਾ ਮੁੱਦਾ ਮਾਰ ਦੇਣਗੇ। ਇਹ ਦਿੱਲੀ ਵਾਲੇ ਤਾਂ ਫਿਕਰ ਪਿਆ ਹੀ ਰਹਿੰਦਾ ਵੀ ਪੰਜਾਬ ਵਾਲਿਆਂ ਨੇ ਮੁੱਦਾ ਮਾਰਨਾ, ਤਾਂ ਹੀ ਉਹਨਾਂ ਦੇ ਅੱਖਾਂ ਚ ਰੜਕਦਾ ਰਹਿੰਦਾ ਕੰਮ ਇਹ ਵੀ ਇਹੀ ਮਾਰਨਗੇ। ਪਰ ਇਹ ਤਾਂ ਸਰਬੱਤ ਦਾ ਭਲਾ ਮੰਗਦੇ ਨੇ, ਨੀ ਕਿਸੇ ਦਾ ਤਖਤਾ ਮੁੱਦਾ ਮਾਰਦੇ। ਇਹ ਤਾਂ ਜਦੋਂ ਵੀ ਅਰਦਾਸ ਕਰਦੇ ਨੇ ਕਹਿੰਦੇ ਨੇ ਤੇਰੇ ਭਾਣੇ, ਫਿਰ ਪਤਾ ਨੀ ਕਿਉਂ ਇਹਨਾਂ ਨੂੰ ਡਰ ਜਿਹਾ ਬਣਿਆ ਰਹਿੰਦਾ। ਉਹ ਸਾਰੀ ਅਹੁਦੇ ਸਾਰੀਆਂ ਤਾਕਤਾਂ ਉਹਨਾਂ ਕੋਲ, ਉਹਨਾਂ ਨੂੰ ਫੇਰ ਵੀ ਡਰ ਹੈ ਜੀ ਸਾਨੂੰ ਖਤਰਾ ਹੈ ਜੀ, ਸਾਨੂੰ ਕੋਈ 2% ਕਦੀ ਕਹਿੰਦੇ ਨੇ, ਕਦੇ 2.5% ਕਹਿੰਦੇ ਨੇ, ਜਕਾਰੀ ਛੱਡੀ ਜਾਂਦੇ ਨੇ, ਕਹਿੰਦੇ ਸਾਨੂੰ ਖਤਰਾ ਹੀ ਨੀ ਕਿਸੇ ਦਾ। ਕਿਉਂ? ਸਾਨੂੰ ਕਾਲ ਪੁਰਖ ਤੇ ਭਰੋਸਾ, ਸਾਨੂੰ ਕਿਸੇ ਤੇ ਭਰੋਸਾ ਨਹੀਂ। ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਫੌਜ ਨੂੰ ਕਿਹਦਾ ਡਰ ਹੋ ਸਕਦਾ, ਉਹਨਾਂ ਨੂੰ ਡਰ ਹੋਣਾ, ਸਾਨੂੰ ਤਾਂ ਕੋਈ ਡਰ ਹੀ ਨਹੀਂ ਕਿਸੇ ਦਾ। ਅਸੀਂ ਤਾਂ ਜਿੱਥੇ ਬਿਪਤਾ ਆ ਜਾਵੇ ਲੰਗਰ ਲੈ ਕੇ ਪਹੁੰਚ ਜਾਂਦੇ ਹਾਂ, ਗੋਲੀਆਂ ਮਾਰਨੀਆਂ ਗੋਲੀਆਂ ਮਾਰੋ, ਡਾਂਗਾ ਮਾਰਨੀ ਡਾਂਗਾ ਮਾਰੋ, ਜੋ ਕੁਝ ਮਰਜ਼ੀ ਕਰੀ ਜਾਓ, ਪਰ ਅਸੀਂ ਤਾਂ ਲੰਗਰ ਛਕਾਉਣਾ। ਕੌਣ ਇਹਦਾ ਭੁਲਾ ਬੁਰਾ ਕਰ ਸਕਦਾ ਜਿਹੜਾ ਸਭ ਦਾ ਹੀ ਭਲਾ ਮੰਗਦਾ ਹੋ।